ਜੌਧਰੀ ਲੀਆਂ ਫਸਲਾਂ ਆ ਗਈਆਂ 3600 ਗੱਲ ਕਰਦੇ ਆ ਸਮਝ ਨਹੀਂ ਲੱਗਦੀਆਂ ਜੀ ਨਹੀਂ ਵੱਡਦੀਆਂ ਹਾਂ ਅੱਗੇ ਬੜੇ ਆਲਾਮੇ ਆਉਂਦੇ ਆ ਹਾਂ ਇਹਨਾਂ ਖਾਂਦੇ ਨੇ ਜਿੰਨੇ ਸਾਨੂੰ ਗੱਲਾਂ ਸੁਣਨੀਆਂ ਪੈਣੀਆਂ ਸਾਨੂੰ ਉਹਨਾਂ ਨੇ ਕੀ ਗੱਲਾਂ ਸੁਣਾਉਣੀਆਂ ਜੀ ਹਾਂ ਚੱਲੇ ਆਇਆ ਬਾੜੇ ਨੂੰ ਏ ਇਧਰ ਮੋੜੋ ਪਿੱਛੇ ਮੁੜ ਗਿਆ ਤਨ ਫਖਲ ਜੇ ਨਾ ਜਾਵੇ ਕੋਈ ਵੀ ਤੇ ਮਦਦ ਆਸਲਾਮੁਅਲੈਕਮ ਬਾਜੀ ਇਹਨਾਂ ਖਾਂਦੇ ਨੇ ਜਿੰਨੀਆਂ ਅਸੀਂ ਇਹਨਾਂ ਦੀਆਂ ਗੱਲਾਂ ਸੁਣਦੇ ਆ ਬਾਜੀ ਅਸਲਾਮੁਅਲੈਕਮ ਵਾਲੇਕਮ ਅਸਲਾਮ ਜੀ ਵਾਲੇਕਮ ਅਸਲਾਮ ਕੀ ਹਾਲ ਚੱਲ ਜੀ ਚੰਗਾ ਬਾਪ ਆਪਣੀਆਂ ਬੱਕਰੀਆਂ ਹਾਂਜੀ ਆਪਣਾ ਹੀ ਆ ਜੀ ਕਿੰਨੀਆਂ ਨੇ ਹੈ 60 65 60 65 ਬੱਕਰੀਆਂ ਠੀਕ ਹੈ ਤੇ ਇੱਧਰ ਐਸੇ ਮਲਕ ਮੱਲੇ ਚਾਰਦੇ ਨਹੀਂ ਅਸੀਂ ਬਾਜੀ ਪਿੱਛੇ ਚਾਰ ਕੇ ਆਏ ਆ ਇੱਥੇ ਇਹਨਾਂ ਦੀਆਂ ਗੱਲਾਂ ਸੁਣਣੀਆਂ ਆ ਅਸੀਂ ਇੱਕ ਦਿਨ ਬੱਕਰੀਆਂ ਚਰਾਈਆਂ ਤੇ ਪੰਜ ਦਿਨ ਸਾਡੇ ਘਰ ਰਹਿ ਅੱਛਾ ਉਹ ਕਿਉਂ ਬਸ ਅਰਾਮਾ ਦੇਣ ਗਾਇਆ ਜੀ ਸਾਨੂੰ ਅੱਛਾ ਫਸਲਾਂ ਚ ਵੜ ਗਈਆਂ ਹਾਂ ਨਹੀਂ ਤੁਸੀਂ ਇhtiyat ਕਰਿਆ ਕਰੋ ਨਾ ਮਾੜੀ ਜੀ ਇhtiyat ਬਾਜੀ ਅਸੀਂ ਕਿਹੜਾ ਨਹੀਂ ਉਹ ਜ਼ਿਮੀਦਾਰਾਂ ਦਾ ਵਿਚਾਰਿਆਂ ਦਾ ਉਹਨਾਂ ਨੇ ਪੂਰਾ ਸਾਲ ਮਿਹਨਤ ਕੀਤੀ ਹੁੰਦੀ ਹੈ ਬਾਜੀ ਜਾਨਵਰਾਂ ਦੇ ਖਾਣ ਦੇ ਬੰਦੇ ਬਾਜੀ ਉਦੋਂ ਦੇ ਅਸੀਂ ਤਿੰਨ ਬੰਦੇ ਵੀ ਰੱਖ ਲੈਣਾ ਅੱਛਾ 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 ਬਸ ਥੋੜੇ ਦੀ ਉਹ ਰਿਵਾਇਤ ਤਾਂ ਮੂੰਹ ਐਨ ਹੋ ਜਾਂਦੇ ਜਾਨਵਰ ਥਲੇ ਉਤਰ ਜਾਂਦਾ ਸੀ ਅੱਛਾ ਅੱਛਾ ਨਹੀਂ ਪਤਾ ਲੱਗਦਾ ਸੀ ਬਾਜੀ ਮੇਰਾ ਨਾਂ ਹੈਗਾ ਰਾਣਾ ਇਜਾਜ਼ ਆ ਕੁੱਤਾ ਵੀ ਆਪਣਾ ਜੀ ਇਹ ਵੀ ਆਪਣਾ ਜੀ ਤੇ ਆਹ ਕੌਣ ਮੁੰਡਾ ਇਹ ਭਤੀਜਾ ਮੇਰਾ ਮੱਖੀ ਜੀਨਾ ਜੀ ਮੱਖੀ ਮੱਖੀ ਨਾਂ ਤਾਂ ਸੋਨਾ ਰੱਖਿਆ ਮੁੰਡੇ ਦਾ ਹਾਂ ਇਹ ਪੰਜਾਂ ਬੱਚੀਆਂ ਤੋਂ ਹੋਇਆ ਸੀ ਪੰਜਾਂ ਬੱਚੀਆਂ ਤੋਂ ਬਾਅਦ ਮੱਖੀ ਹੋਇਆ ਪੰਜ ਧੀਆਂ ਤੋਂ ਬਾਅਦ ਹਾਂ ਤੇ ਫਿਰ ਨਾਂ ਕੋਈ ਚੰਗਾ ਰੱਖਣਾ ਸੀਗਾ ਕੋਈ ਛਿੱਕਾ ਰਾਂ ਰੱਖ ਲੈਣਾ ਸੀ ਨਹੀਂ ਨਹੀਂ ਛਿੱਕਾ ਕੋ ਰੱਖਣਾ ਮਤਲਬ ਕਿ ਪੰਜ ਕੁੜੀਆਂ ਤੇ ਇਹ ਛੇਵਾ ਹੋਇਆ ਤਾਂ ਛਿੱਕਾ ਰੱਖਣਾ ਸੀ ਚਿੱਠੀ ਉਹ ਉੱਤਰ ਜਾਵੇ ਛਿੱਕਾ ਇਹਨਾਂ ਚ ਹੁੰਦਾ ਬੱਕਰੇਆਂ 'ਚ ਨਹੀਂ ਨਹੀਂ ਮਤਲਬ ਕਿ ਚੌਗਾ ਛਿੱਗਾ ਨਹੀਂ ਨਹੀਂ ਕੋਈ ਛਿੱਕਾ ਚਿੱਕੀ ਛੱਕੂ ਚਕਲੋਲ ਕੋਈ ਇਦਾਂ ਦਾ ਨਾਮ ਰੱਖ। ਸਾਡਾ ਕੰਮ ਦਾ ਟਾਈਮ ਆ ਕੀ ਗੱਲ ਕੀ ਤੁਹਾਨੂੰ? ਮੇਰਾ ਨਾਮ ਹੈਗਾ ਜੀ ਰਾਣਾ ਇਜਾਜ਼। ਅੱਛਾ। ਤੇ ਜਾਨਵਰ ਨੇ ਆਪਣੇ ਕੋਲ ਤਿੰਨ। ਤੁਹਾਡੇ ਕੋਲ? ਹਾਂ ਜੀ। ਅੱਛਾ। ਤੇ ਉਹ ਜਾਨਵਰ ਤੁਹਾਨੂੰ ਦੇਨੇ ਨੇ। ਉਹ ਜਾਨਵਰ ਮੈਂ ਘਰ ਰੱਖੇ ਹੋਏ ਸੀਗੇ। ਤੇ ਮੈਂ ਚੱਲਿਆ ਤਿੰਨ ਮਹੀਨੇ ਵਾਸਤੇ ਦੁਬਈ। ਅੱਛਾ ਅੱਛਾ। ਤੇ ਉਹ ਇਹ ਆ ਕਿ ਤੁਹਾਡੇ ਜਾਨਵਰਾਂ ਨਾਲ ਚਰਦੇ ਰਹਿਣਗੇ। ਹਾਂ ਤੇ ਕੋਈ ਗੱਲ ਨਹੀਂ ਭਾਜੀ। ਤੇ ਕਿੰਨੀ ਦੇਰ ਬਾਅਦ ਆਉਣਾ ਤੁਸੀਂ? ਮੈਂ ਤਿੰਨ ਮਹੀਨੇ ਬਾਅਦ। ਤਿੰਨ ਮਹੀਨੇ ਬਾਅਦ। ਤੇ ਕਿੰਨੇ ਪੈਸੇ ਲੈਣੇ ਮਹੀਨੇ ਦੇ? ਇੱਕ ਦਾ। 4000 ਰੁਪਏ ਇੱਕ ਦਾ। 4000 ਹਾਂਜੀ ਇੱਕ ਦਾ ਜੀ ਇੱਕ ਦਾ ਜੀ ਬਹੁਤੇ ਨਹੀਂ ਪੈਸੇ ਬਾਜੀ ਆ 11 12 ਜਨਵਾਰ ਆ 4 4 ਤੇ ਹੀ ਆ 4 4 ਹਾਂ ਅਗਰ 3500 ਤੇ ਵੀ ਹੁੰਦਾ ਨਾ ਅੱਜ ਤੁਹਾਨੂੰ ਦੱਸ ਦੇਣਾ ਜੀ 3500 ਤੇ ਆ ਨਹੀਂ ਤੇ ਤੁਹਾਨੂੰ ਇਹ 4000 ਜਿਹੜਾ ਨਾ ਉਹ ਪੱਕਾ ਹੋ ਗਿਆ ਤੁਹਾਡਾ ਅੱਛਾ ਤੇ ਇਹ ਆ ਕਿ ਕੱਲ ਨੂੰ ਤੁਹਾਨੂੰ ਮੈਂ ਜਾਨਵਰ ਦੇ ਦੇਣਾ ਲੇਕਿਨ ਇਹ ਰਜਾ ਕੇ ਰੱਖਦੇ ਆ ਉਹ ਨਾ ਨਾ ਹੋਵੇ ਮੈਂ ਆਵਾਂ ਤੇ ਜਾਨਵਰ ਮਾਰੇ ਹੋਏ ਹੋਣ ਤੁਸੀਂ ਦੱਸੋ ਅਸੀਂ ਇਹਨਾਂ ਨਾਲ ਜ਼ੁਲਮ ਕਰ ਸਕਦੇ ਆ ਅਸੀਂ ਤਾਂ ਔਲਾਦ ਤੋਂ ਵੱਧ ਰੱਖੇ ਆ ਹਾਂ ਜਾਨਵਰਾਂ ਨਾਲ ਪਿਆਰ ਆਪਣੀ ਔਲਾਦ ਤੋਂ ਜ਼ਿਆਦਾ ਹੈ ਇਹ ਆ ਕਿ ਤਿੰਨਾਂ ਦਾ 4-4000 ਮਤਲਬ ਕਿ 12000 ਰੁਪਏ ਮਹੀਨਾ ਹੈ ਜੀ 12000 ਰੁਪਏ ਮਹੀਨਾ ਤੁਹਾਨੂੰ ਮੈਂ ਦੇਣਾ ਤੇ ਮੇਰੇ ਆਉਂਦਿਆਂ ਨੂੰ ਜਾਨਵਰ ਲਿੱッセ ਨਾ ਹੋਏ ਹੋਣ ਬਸ ਇਹ ਕਹਿੰਦਾ ਭਾਈ ਅੱਲਾਹ ਰਹਿਮਤ ਜੇ ਜਾਨਵਰ ਸਾਰੇ ਨਾਲ ਸਿਰ ਕੱਟਵੇਂ ਹੋਣਗੇ ਅੱਛਾ ਜੀ ਲੇਕਿਨ ਇਹ ਆ ਕਿ ਪੈਸੇ ਸਾਨੂੰ ਨਾ ਕੋਸ਼ਿਸ਼ ਕਰੋ ਕਿ ਵੀ ਇਹਨਾਂ ਸਾਨੂੰ 2-2 ਮਹੀਨੇ ਦਾ ਐਡਵਾਂਸ ਦੇ ਦਿਓ ਮੈਂ ਦੇ ਦੇਣਾ ਤੁਹਾਨੂੰ 12 ਤੇ 24 2 ਮਹੀਨੇ ਦਾ ਤੁਹਾਨੂੰ ਮੈਂ ਪੈਸੇ ਦੇ ਦੇਣਾ ਪਹਿਲੇ ਤੇ ਅਗਰ ਮੈਂ 3 ਮਹੀਨੇ ਮੈਨੂੰ ਹੋ ਗਿਆ ਤਾਂ ਬਾਕੀ ਆ ਕੇ ਤੁਹਾਨੂੰ ਮੈਂ ਬਾਅਦ ਚ ਦੇ ਦਿਆਂਗਾ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਜੀ ਬਾਕੀ 1 ਮਹੀਨੇ ਦੇ ਆਣ ਲੇ ਲੇਕਿਨ ਇਹ ਆ ਸਾਡੇ ਜਾਨਵਰਾਂ ਨਾਲ ਨਿੱਗਰ ਹੋਣਗੇ ਅੱਛਾ ਜੀ ਹਾਂ ਹਾਂਜੀ ਹਾਂਜੀ ਜੀ ਇਹਨਾਂ ਪਾਲਾਂਗੇ ਵਾਪਸ ਆਓਗੇ ਤੁਹਾਨੂੰ ਲੱਗੇਗਾ ਕਿ ਯਾਰ ਇਹ ਘਾਟੇ ਦਾ ਸੌਦਾ ਸੀ ਕੀਤਾ ਅੱਛਾ 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 ਇਹਨਾਂ ਨੂੰ ਜੋ ਵੀ ਇਹਨਾਂ ਦੀ ਦੇਣਾ ਚਾਹੀਦਾ ਅੱਛਾ 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 ਅੱਲਾਹ ਦੀ ਮਿਹਰਬਾਨੀ ਹਾਂ ਜਾਨਵਰ ਜ਼ਰਾ ਤਕੜੇ ਨੇ ਮੇਰੇ ਘਰ ਦੇ ਪਲੇ ਹੋਏ ਨੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਹਾਂਜੀ ਹਾਂਜੀ ਜਾਨਵਰ ਭਾਜੀ ਬੱਕਰੀਆਂ ਨੇ ਕਿ ਬਕਰੇ ਨਹੀਂ ਨਹੀਂ ਸ਼ ਜੀ ਭਾਈ ਮਜ਼ਾਕ ਕਰਨਾ ਹੈ ਤੁਸੀਂ ਸ਼ੇਰ ਤੁਹਾਡੇ ਕੋ ਹਾਂਜੀ ਤਿੰਨ ਨੇ 4-4000 ਤੁਹਾਡਾ ਮੇਰਾ ਮੁੱਕ ਗਿਆ ਜੀ ਆ ਜਿਹੜੀ ਗੱਲ ਹੋ ਰਹੀ ਸ਼ੇਰਾਂ ਦੀ ਹੋ ਰਹੀ ਸੀ ਸ਼ੇਰਾਂ ਦੀ ਯਾਨੀ ਅਸੀਂ ਬੱਕਰੀਆਂ ਦੇ ਨਾਲ ਸ਼ੇਰ ਛੱਡਨੇ ਤੁਹਾਡੇ ਹਾਂਜੀ ਇਹ ਆ ਕਿ ਲਿੱッセ ਨਾ ਹੋਣ ਨਹੀਂ ਜੀ ਉਹ ਜਦੋਂ ਬੱਕਰੀਆਂ ਨਾਲ ਛੱਡਨੇ ਉਹ ਤੁਹਾਡੀ ਗੱਲ ਨਹੀਂ ਤੁਹਾਡੀ ਗੱਲ ਨੇ ਸਾਨੂੰ ਲਿੱਸਿਆ ਕਰ ਦਿੱਤਾ ਤੁਹਾਡੀ ਗੱਲ ਨੇ ਲਿੱਸਿਆ ਕਰਤਾ ਕਮਜ਼ੋਰ ਨਾ ਹੋਣ ਕਮਜ਼ੋਰ ਅਸੀਂ ਹੋ ਜਾਣਾ ਤੁਸੀਂ ਕਾਤੋਂ ਆ ਜਾਨਾ ਅਸੀਂ ਤਾਂ ਭਾਜੀ ਇਹ ਸ਼ੇਰ ਕਿਤਾਬ ਤੇ ਵੇਖੀਏ ਤੇ ਅਸੀਂ ਸਾਨੂੰ ਘੁਬਰਾ ਪੈ ਜਾਂਦਾ ਤੂੰ ਸਾਨੂੰ ਕਹਿੰਦਾ ਬੱਕਰੀਆਂ 'ਚ ਛੱਡਣੇ ਤੇ ਕਿੰਨਾ ਚਾਰ ਚੱਤ ਹੁਣ 24000 ਰੁਪਏ ਤੁਹਾਡਾ ਐਡਵਾਂਸ 24000 ਰੁਪਏ ਦਾ ਜਾਨਵਰ ਦਾ ਬਦਲ ਯਾਰ ਤੂੰ ਕਿੱਦਾਂ ਜਾਨਵਰ ਬਦਲ ਲੈ ਤੁਹਾਡੀ ਮੇਰੀ ਗੱਲ ਮੁੱਕੀ ਨਹੀਂ ਹੁਣ ਤੁਹਾਡੀ ਮੇਰੀ ਗੱਲ ਸ਼ੇਰਾਂ ਦੀ ਮੁੱਕੀ ਆ ਤੋਂ ਮੈਂ ਜਾਨਵਰ ਪਹਿਲੇ ਦੱਸਿਆ ਲੈ ਜਾਨਵਰ ਹੁਣ ਤੂੰ ਜਾਨਵਰ ਦਾ ਕਹਿ ਕੇ ਤੇ ਤੂੰ ਸਾਨੂੰ ਮਗਰਮੱਛ ਦੇ ਦੇਵੇਂ ਤੇ ਇਹੀ ਨਾਮ ਰੱਖ ਲੈਣਾ ਕਿ ਐਸੀ ਗੱਲ ਆ ਉਹ ਮਗਰਮੱਛ ਤਾਂ ਨਹੀਂ ਹੈਗਾ ਤਾਂ ਸ਼ੇਰ ਹੈ ਅਸੀਂ ਤਿੰਨ ਸ਼ੇਰ ਹੈ ਤਿੰਨ ਬੱਕਰੀਆਂ ਰੋਗ ਦੀਆਂ ਸਾਡਾ ਦੀਜੜ ਖਾ ਜਾਣਾ ਉਹਨੇ ਉਹ ਨਹੀਂ ਖਾਂਦੇ ਲੈ ਨਹੀਂ ਖਾਂਦੇ ਐਡੇ ਤੇਰੇ ਤਾਬੇਦਾਰ ਨਾਲ ਲੈ ਜਾ ਹਾਂ ਨਾਲ ਲੈ ਜਾ ਚੱਜ ਬਟਾ ਨਾਲ ਲੈ ਜਾ ਨਿਆਣੇ ਵੀ ਲੈ ਕੇ ਚੱਲ ਆਈ ਹੈ ਤੂੰ ਉਹਨਾਂ ਨੂੰ ਵੀ ਲੈ ਜਾ ਨਾਲ ਉਹ ਯਾਰ ਐਸੀ ਗੱਲ ਐ ਐਡਾ ਵੱਡਾ ਤੂੰ ਬੰਦਾ 6 ਸ਼ੇਰ ਛੱਡਣੇ ਆ ਤੇ ਫੇਕੀ ਹੋਇਆ ਸ਼ੇਰ ਚ ਓ ਯਾਰ ਤੂੰ ਕੀ ਸ਼ੇਰਾਂ ਦੇ ਮੂੰਹ ਲਾ ਕੇ ਬੱਕਰੀਆਂ ਦੇ ਲਵਾਏ ਆ ਕਿ ਅਸੀਂ ਨਾਲ ਛੱਡ ਦਈਏ ਕਿਹੜਾ ਬੰਦਾ ਤੂੰ ਅਸੀਂ ਸ਼ੇਰ ਨੂੰ ਕਰੀਏ ਹਾਂ ਅੱਗੇ ਸ਼ੇਰ ਸਾਡੇ ਉੱਤੇ ਪੈ ਜਾਵੇ ਓ ਸ਼ੇਰ ਨੇ ਤੇ ਤਿੰਨ ਦਿਨ ਹੀ ਸਾਡਾ ਜਿਹੜ ਰਹਿਣ ਦੇਣਾ ਇਹਦੇ ਉ ਜਾਣਾ ਬਾਲੀ ਐ ਏਡੇ ਏਡੇ ਨੇ ਤਿੰਨ ਮੈਂ ਕਹਿੰਦਾ ਇਹਨੂੰ ਲੈ ਜਾ ਨਾਲ ਏਡੇ ਏ ਇਹ ਸੋਟੀਆਂ ਵਾ ਤੂੰ ਸਮਝੇਂਗੇ ਅਸੀਂ ਬੰਦੂਕਾ ਚੱਕ ਕੇ ਬੱਕਰੀਆਂ ਚਰਾਉਂਦੇ ਆ ਜਿਹੜੇ ਸ਼ੇਰ ਨਾਲ ਰੱਖ ਲਈਏ ਕੱਲ ਨੂੰ ਹੋਰ ਤੁਹਾਨੂੰ ਮੈਂ ਦੇ ਦੇਣਾ ਕੱਲ ਨੂੰ ਤਿੰਨੇ ਹੀ ਨਹੀਂ ਤਿੰਨੇ ਕੋਈ ਘਰ ਰੱਖ ਆਪਣੇ ਮੈਂ ਮੁੰਡੇ ਨੂੰ ਹੁਣੇ ਫੋਨ ਕਰਾਂ ਇੱਥੇ ਪਹੁੰਚਾ ਜਵੇ ਓਏ ਨਾ ਕੰਮ ਕਰ ਜਾ ਕੇ ਓ ਯਾਰ ਤੇਰਾ ਦਿ ਅਜੀ ਬੱਕਰੀਆਂ 'ਚ ਸ਼ੇਰ ਛੜੀਏ ਅਸੀਂ ਦੋ ਬੱਕਰੀਆਂ ਵੀ ਡੇਲੀ ਖਾਵੇ ਸਾਡਾ ਪੀਟੜ ਗਿਆ ਹਾਂ ਗੱਲਾਂ ਕਰਨ ਨੇ ਆ ਤੂੰ ਆ ਲੈ ਗਿਆ ਮੈਂ ਮੁੰਡੇ ਨੂੰ ਕਹਿਣਾ ਉਹ ਕਿੰਨੂੰ ਭਾਈ ਫੋਨ ਉਹ ਭਰਾਵਾ ਅਸੀਂ ਨਹੀਂ ਰੱਖਣੇ ਅਸੀਂ ਨਹੀਂ ਰੱਖਣੇ ਇੱਥੇ ਹੀ ਦੇ ਜੋਵੇ ਤੁਹਾਨੂੰ ਇੱਥੇ ਕੀ ਦੇ ਜੋਵੇ ਇੱਥੇ ਕੀ ਗੱਲ ਆ ਇੱਥੇ ਸਿਗਰਟ ਆ ਵੀ ਇੱਥੇ ਪੜਾ ਜਣਾ ਸਕੇ ਨਹੀਂ ਅੱਜ ਉਹ ਤੇਰਾ ਬੱਕਰੀਆਂ ਨਾਲ ਰਲ ਮਿਲ ਜਾਣਗੇ ਬੜੀਆਂ ਜਲੇਬੀਆਂ ਮੰਗਵਾਉਂਦੇ ਆ ਕਿ ਇੱਥੇ ਹੀ ਦੇ ਜੋਵੇ ਬੱਕਰੀਆਂ ਦੇ ਭਾਂਜੇ ਆ ਉਹ ਵੀ ਰਲ ਮਿਲ ਜਾਣਗੇ ਉਹਨਾਂ ਦਾ ਬੇੜਾ ਕਰ ਕਰ ਦੇਣਾ ਬੱਕਰੀ ਦਾ ਉਹ ਨਹੀਂ ਉਹ ਅੱਜ ਇਹੋ ਨਾਲੇ ਮੂੰਹ ਪਾਇਆ ਵੀ ਤੁਹਾਨੂੰ ਪਾਉਣਗੇ ਬੱਕਰੀਆਂ ਨਹੀਂ ਪਾਉਂਦੇ ਤੈਨੂੰ ਪਾਉਣ ਜਿਹੜਾ ਸਾਡੇ ਕੋਲ ਛੱਡ ਕੇ ਜਾਣ ਡਿਆ ਨਹੀਂ ਜਿੱਡਾ ਭਾਈ ਤੇਰਾ ਵੇਡਾ ਤੂੰ ਤਾਂ 6-7 ਦਿਨ ਸ਼ੇਰਾਂ ਕੋ ਨਹੀਂ ਮੁਕਣਾ ਲੈ ਹਾਂ ਜਿੱਡਾ ਤੂੰ ਜਾ ਇਹਨੂੰ ਕਹ ਯਾਰ ਕੰਮ ਦੇ ਮੱਥੇ ਲੱਗ ਗਏ ਜਾ ਯਾਰ ਤੇਰੀ ਮਿਹਰਬਾਨੀ ਸੂਰੇ ਸੂਰੇ ਲੈ ਕੇ ਨਿਕਲੇ ਆ ਤੇ ਤੂੰ ਮੱਥੇ ਲੱਗ ਗਿਆ ਸਾਡੇ ਤੇਰੇ ਸ਼ੇਰ ਬੱਕਰੀਆਂ ਛੱਡியே ਕਿਹਦਾ ਯਾਰ ਤੂੰ ਬੰਦਾ ਆ ਕਿਹੜਾ ਬੰਦਾ ਤੂੰ 2 ਮਹੀਨੇ ਦਾ ਤੁਹਾਨੂੰ ਐਡਵਾਂਸ ਦੇਣਾ ਤੈਨੂੰ ਸਾਡੇ ਕੋਲ ਜਾ ਯਾਰ ਇਹਨੂੰ ਲੈ ਜਾ ਜਾ ਯਾਰ ਤੇਰੀ ਮਿਹਰਬਾਨੀ ਨਾਸਤਾ ਜਾ ਸਵੇਰ ਦੇ ਨਿਕਲੇ ਆ ਬੱਕਰੀਆਂ ਚਰਾਉਣ ਨੇ ਸਾਡੀ ਆਪਣੀ ਮਤ ਵੱਜੀ। ਬੇੜਾ ਕਰ ਕਰ ਦਿੰਦਾ ਤੂੰ ਕਦੀ ਜ਼ਿੰਦਗੀ ਦੇ ਵਿੱਚ ਸੁਣਿਆ ਕੋਈ ਹੈ ਮੁਕਾਬਲਾ ਸ਼ੇਰ ਦਾ ਤੇ ਬੱਕਰੀ ਦਾ? ਤਿੰਨਾ ਮਹੀਨਿਆਂ ਦਾ ਐਡਵਾਂਸ ਲੈ ਲੋ। ਉਹ ਤਿੰਨਾ ਮਹੀਨਿਆਂ ਦਾ ਤੂੰ ਲੈ ਜਾ। ਤੂੰ ਮੈਂ ਬੱਕ ਸ਼ੇਰ ਛੱਡ ਦਵਾ ਮੇਰੀਆਂ ਬੱਕਰੀਆਂ ਖਾ ਜਾਣ ਉਹ। ਨਹੀਂ ਖਾਂਦੇ। ਨਹੀਂ ਨਹੀਂ ਖਾਂਦੇ। ਹਾਂ ਤੂੰ ਰੋਜੇ ਰਖਾ ਕੇ ਭੇਜਨੇ ਸ਼ੇਰਾਂ ਨੂੰ। ਹਾਂ। ਐਡੇ ਤਾਬਿਆਦਾਰ ਤੇ ਸ਼ੇਰ ਹੈ। ਕਿੱਡਾ ਆ ਕੇ ਸਾਨੂੰ ਸੀਰੀਅਸ ਕਹਿਣ ਦੇ। ਬਹੁਤ ਕੱਟਾ ਆ ਇੱਥੇ ਬਹੁਤ ਕੱਟਾ ਆ। ਕੱਟਾ ਆ ਚੱਲ ਜਾ ਜਾ ਤੂੰ। ਇੱਥੇ ਵੀ ਕੱਟਾ ਹੀ ਆ। ਕੈਸਾ ਬੰਦਾ ਛਾਡੇ ਤੂੰ ਜਾਨਵਰ ਜਿਹੜੇ ਨਾਲ ਸ਼ੇਰ ਛੱਡਦੇ ਹੋ ਮੈਂ ਕਿਹ ਪਤਾ ਨਹੀਂ ਕਿਹੜਾ ਗਾਹ ਆ ਗਿਆ ਸਾਡੇ ਨਾਲ ਰੋਕੋ ਇਹਨਾਂ ਨੂੰ ਇਮਤਿਹਾਨ ਇਹਨਾਂ ਨੂੰ ਡੱਕ ਲਿਆ ਕਰ ਜਿਹੜਾ ਕੋ ਇਹਨਾਂ ਨੂੰ ਕੈਸੀ ਗੱਲ ਕਰਨ ਲਿਆ ਲੈ ਬੱਕਰੀਆਂ ਨਾਲ ਸ਼ੇਰ ਛੱਡਣੇ ਆ ਤੇ ਇਹ ਆ ਹੁਣ ਕੇ ਮੈਂ ਜਾ ਕੰਮ ਕਰ ਜਾ ਕੇ ਜਾ ਕੰਮ ਕਰ ਜਾ ਕੇ ਅਵੀ ਸਾਡੇ ਕੋ ਡਾਂਗਾ ਦਾ ਖਾਮੀ ਡਾਂਗਾ ਕਿਹੜੀ ਗੱਲੋਂ ਓ ਯਾਰ ਖਾਮ ਕਾਮੀ ਤੇਰਾ ਡਾਂਗਾ ਖਾਨ ਵਾਲਾ ਅੱਜ ਤੱਕ ਕੋਈ ਸੁਣਿਆ ਕਿਸੇ ਨੇ ਬੱਕਰੀਆਂ ਦੇ ਨਾਲ ਸ਼ੇਰ ਛੱਡੇ ਹੋਣ ਤੁਹਾਡੀ ਮੇਰੀ ਗੱਲ ਮੁੱਕੀ ਨਹੀਂ ਤੁਹਾਡੀ ਸ਼ੇਰਾਂ ਦੀ ਮੁੱਕੀ ਆ ਜਾਨਵਰ ਤੁਹਾਨੂੰ ਮੈਂ ਦੱਸਿਆ ਨਹੀਂ ਓ ਇਹਨਾਂ ਨੇ ਆਪ ਇਹਨਾਂ ਨੇ ਤਾਂ ਨਾਸ਼ਤਾ ਕਰ ਲੈਣਾ ਮੇਰੇ ਜਾਨਵਰਾਂ ਦਾ ਤਿੰਨ ਸ਼ੇਰਾਂ ਨੇ ਤਿੰਨ ਸ਼ੇਰਾਂ ਨੇ ਉਹਨਾਂ ਨੇ ਤੇ ਤੂੰ ਆ ਗਰਗ ਕਰ ਦੇਣਾ ਇਹਨਾਂ ਦਾ ਤੇ ਤੇਰੇ ਕੋਲ ਸ਼ੇਰ ਸੰਭ ਨਹੀਂ ਜਾਣੇ ਐਡਾ ਵੱਡਾ ਤੇਰਾ ਵਿੱਡਾ ਕੋਈ ਨਹੀਂ ਸੰਭੇ ਜਾਂਦਾ ਤੂੰ ਅੱਜ ਸਾਨੂੰ ਕੋ ਛੱਡ ਕੇ ਜਾਣ ਮੈਂ ਸੰਭੇ ਆ ਤੇ ਮੈਂ ਤਾਂ ਜਾਦਾ ਦੁਬਈ ਨਾਲ ਲੈ ਜਾ ਦੁਬਈ ਅਗਲੇ ਜਾਣ ਨਹੀਂ ਦਿੰਦੇ ਨਾਲ ਇਹ ਇੱਥੇ ਰੱਖਣ ਨਹੀਂ ਦਿੰਦੇ ਓ ਯਾਰ ਅਸੀਂ ਬੱਕਰੀਆਂ ਚਰਾਉਣ ਆਲੇ ਆਂ ਹੀ ਅਸੀਂ ਮਦਾਰੀ ਆਂ ਅਸੀਂ ਤੇਰੇ ਸ਼ੇਰ ਸੰਭ ਲਈਏ ਉਹ ਜਿੱਦਾਂ ਤੁਰੀਆਂ ਫੇਰਦੀਆਂ ਉਦਾਂ ਹੀ ਉਹ ਤੁਰੇ ਫੇਰਦੇ ਆ ਬਈ ਯਾਰ ਤੁਰੇ ਫਿਰਦੇ ਆ ਅਸੀਂ ਉਹਨੂੰ ਰੋਕੀਏ ਅਗਲਾ ਸਾਨੂੰ ਕਾਜ ਓ ਯਾਰ ਨਾ ਅਸੀਂ ਲਬੀਏ ਨਾ ਸਾਡਾ ਇਜੜ ਲੱਭੇ ਤੇ ਤਿੰਨ ਸ਼ੇਰ ਤਿੰਨ ਸ਼ੇਰ ਤੂੰ ਚਲ ਮੇਰਾ ਸ਼ੇਰ ਹੈ ਸਰਕਸ ਵਾਲਿਆਂ ਦਾ ਮਾਮਾ ਚਲ ਤੇਰੀ ਖੈਰ ਹੋਵੇ ਤੈਨੂੰ ਤਿੰਨ ਸ਼ੇਰ ਨਾ ਮੁੰਡੇ ਦਾ ਇੰਜ ਰੱਖਿਆ ਮੱਖੀ ਨਾ ਤਾਂ ਚੱਜ ਦਾ ਰੱਖਦੇ ਨਹੀਂ ਤੁਸੀਂ ਬੰਦੇ ਸ਼ੇਰ ਦੇ ਸ਼ੇਰ ਦਾ ਮੱਖੀ ਨਾਲ ਕੀ ਮੁਕਾਬਲਾ ਹੋਵੇ ਨਹੀਂ ਨਹੀਂ ਇਹ ਨਾਂ ਕੀ ਰੱਖਿਆ ਐ ਮੱਖੀ ਸਾਡੀ ਮਰਜ਼ੀ ਆ ਸਾਡੀ ਮਰਜ਼ੀ ਆ ਤੇ ਆ ਮੇਰੀ ਮਰਜ਼ੀ ਆ ਮੈਂ ਸ਼ੇਰ ਛੱਡਣੇ ਵਿੱਚ ਤੈਨੂੰ ਕਾਹਦੇ ਛੱਡਣੇ ਆ ਭਾਜੀ ਅਸੀਂ ਤੁਹਾਡੇ ਬੜੀਆਂ ਛੱਡਣੀਆਂ ਤੁਸੀਂ ਇਸ ਗੱਲ ਤੋਂ ਮੁੜ ਜਿਓ ਛੱਡੀਆਂ ਤੁਸੀਂ ਇੱਥੇ ਮੈਂ ਨਹੀਂ ਜਾ ਕੇ ਕਰ ਜਾ ਕੇ ਆਪਣਾ ਦਿਮਾਗ ਨਾ ਖਾ ਸਾਡਾ ਢਾਂਗਾ ਇੰਜ ਫੜਿਆ ਐ ਕਜਵੇਂ ਤੂੰ ਪਤਾ ਨਹੀਂ ਕਿੱਡਾ ਕਾ ਵੱਡਾ ਦਲੇਰ ਬੰਦਾ ਹੋਣਾ ਤੂੰ ਸਾਡੇ ਕੋਲ ਇੰਜ ਆਇਆ ਜਿਵੇਂ ਤੂੰ 15 ਬੱਕਰੀਆਂ ਛੱਡੀਆਂ ਸ਼ੇਰ ਛੱਡਣੇ ਆ ਸਾਡੇ ਸ਼ੇਰ ਲੈ ਜਾਓ ਤਿੰਨ ਸ਼ੇਰ ਲੈ ਜਾਓ ਸ਼ੇਰਾਂ ਦਾ ਮੈਂ ਨਾਲ ਲਿਆ ਤੇਰੀ ਬੱਤੀ ਚਲੀ ਗਈ ਮੂਹ ਜਰਾ ਹੋਰ ਜਾ ਹੋਈ ਐ ਓਸੀਂ ਸ਼ੇਰ ਲੂ ਯਾ ਲੱਗਦਾ ਸ਼ੇਰਾਂ ਨੂੰ ਤੁਹਾਡੀ ਮੇਰੀ ਗੱਲ ਮੁੱਕੀ ਨਹੀਂ ਉਹ ਯਾਰ ਕਾਦੀ ਗੱਲ ਮਕਾਉਣ ਨੇ ਤੁਸੀਂ 40000 ਰੁਪਏ ਮਹੀਨਾ ਓਏ ਅਸੀਂ 4000 ਤੇਰੇ ਨੂੰ ਕੀ ਕਰਨਾ ਜਦੋਂ ਸਾਡੇ ਕੋਲ ਰਹਿਣਾ ਹੀ ਕੱਖ ਨਹੀਂ ਹਾਂ ਲੈ ਸ਼ੇਰ ਛੱਡ ਦਿਨਾ ਜੀ ਮੈਂ ਸ਼ੇਰ ਛੱਡਦੀ ਏ ਦੇਲੀ ਤਿੰਨ ਬੱਕਰੀਆਂ ਖਾਵੇ ਤੇਰਾ ਤੁਹਾਡਾ ਹੱਕ ਬਣਦਾ ਸੀ ਜਿੱਲੇ ਮੈਂ ਕਿਹਾ ਸੀਗਾ ਜਾਨਵਰ ਨੇ ਤਿੰਨ ਮੇਰੇ ਕੋ ਤੁਹਾਡਾ ਹੱਕ ਬਣਦਾ ਸੀ ਮੈਨੂੰ ਪੁੱਛਦੇ ਭਾਈ ਕਿਹੜੇ ਜਾਨਵਰ ਨੇ ਇਹ ਸੇ ਵਜ੍ਹਾ ਤੂੰ ਆਇਆ ਵੀ ਕਹਿੰਦੇ ਮੇਰੇ ਸ਼ੇਰ ਰਾਜ ਜਾਣਗੇ ਵੀ ਰਜਣਾ ਹੀ ਆ ਹਾਂ 65 ਬੱਕਰੀਆਂ ਔਰ ਸ਼ੇਰਾਂ ਅੱਗੇ ਆਪ ਲੰਮੇ ਪੈ ਜਾਵੇ ਸ਼ੇਰ ਇਹਦੇ ਨਾਲ ਵੀ ਰਾਜ ਜਾਣੇ ਇਹਨੂੰ ਪ ਜ਼ਖਮੀ ਆ ਵੀ ਤੇਰਾ ਗੋਡਾ ਟੁੱਟਾ ਹੈ ਤੂੰ ਜਾਇਜ਼ ਨਹੀਂ ਹੈਗਾ ਟੱਟਾ ਘੱਟਾ ਘੱਟੇ ਘੱਟੇ ਚ ਗੱਲਾਂ ਕਰਨੀਆਂ ਬੋਧੀਆਂ ਘੱਟੇ ਚ ਤੇਰੀ ਗੱਲ ਤੇ ਵੀ ਦੁਰ ਘੱਟਾ ਹਾਂ ਕੰਮ ਘੱਟਾ ਪਿੱਛੇ ਰਗ ਓਏ ਗੱਲਾਂ ਕਰਨੀਆਂ ਅਕਲ ਮਾਉਤ ਹੀ ਨਹੀਂ ਹੈ ਕਿੱਡਾ ਤੇਰਾ ਕੱਦਾ ਯਾਰ ਤੂੰ ਕੋ ਗੱਲ ਕਰਨ ਵਾਲੀ ਕਰ ਕਰਨ ਵਾਲੀ ਕੀਤੀ ਓਏ ਕਿਹੜੀ ਗੱਲ ਕਰਨ ਵਾਲੀ ਹਾਂ ਸ਼ੇਰ ਛੱਡ ਜਾ ਕੇ ਕਿਸੇ ਆਪਣੇ ਸਿਆਣਿਆਂ ਤੇ ਹੁਣ ਸਾਡੀ ਬਕਵਾਸ ਨਾ ਕਰੋ ਮੇਰ ਨਾਲ ਭਾਈ ਯਾਰ ਭਾਈ ਆਪਣਾ ਮੂੰਹ ਬੰਦ ਰੱਖ ਤੇ ਮੈਂ ਦੱਸ ਦਵਾ ਸ਼ੇਰ ਤੈਨੂੰ ਛੱਡ ਤੈਨੂੰ ਸ਼ੇਰ ਤੂੰ ਛੱਡਣੇ ਆ ਸ਼ੇਰ ਛੱਡ ਆਪਣੇ ਟੱਬਰ ਤੇ ਪੈਸੇ ਇੰਜ ਮੁਕੰਡ ਐ ਸੀ ਮੇਰ ਨਾਲ ਹਾਂ ਤੂੰ ਬੜਾ ਸਾਨੂੰ ਢਾਈ ਲੱਗ ਆਪਣੀ ਬਰਾਦਰੀ ਚ ਸ਼ੇਰ ਛੱਡ ਹਾਂ ਆਪਣੀ ਬਰਾਦਰੀ ਚ ਸ਼ੇਰ ਛੱਡ ਲੈ ਸ਼ੇਰ ਲੈ ਸ਼ੇਰ ਛੱਡਣੇ 4000 ਰੁਪਏ ਲੈਣਾ 4000 ਰੁਪਏ ਲੈਣਾ ਉਹ ਸਾਨੂੰ ਤਾਂ ਪਤਾ ਹੀ ਨਹੀਂ ਸ਼ੇਰ ਤੂੰ ਕਿਹੜਾ ਸੀ ਹਾਂ ਸ਼ੇਰ ਤੈਨੂੰ ਸੀ ਉਸੇ ਟਾਈਮ ਹੀ ਦੱਸ ਦੇਣਾ ਸੀ ਹਾਂ ਤਾਂ ਮੈਂ ਜਾਨਵਰ ਦੱਸੇ ਨਹੀਂ ਪਹਿਲੇ ਓ ਯਾਰ ਤੂੰ ਜਾਨਵਰ ਕਹਿਆ ਹਾਂ ਗੱਲਾਂ ਕਰਨੇ ਸਮੇਂ ਲੱਗੀ ਆ ਕਿ ਨਹੀਂ ਪਾਗਲ ਪਾਗਲ ਤੂੰ ਆ ਤੁਸੀਂ ਪਾਗਲ ਆ ਦੋਨੋਂ ਤੂੰ ਪਾਗਲ ਤੂੰ ਹਾਂ ਮੈਂਟਲ ਗੱਡਾ ਕਰਦਾ ਮੈਂ ਅੱਜ ਮੈਂ ਤਿੰਨ ਜਾਨਵਰ ਛੱਡਨੇ ਮੈਂ ਤਿੰਨ ਠੀਕ ਮੈਂ ਹੀ ਆ ਸੰਗਾ ਨਾ ਲਾ ਵਤਨ ਦੱਸਿਆ ਓ ਭਾਈ ਹੈਲੋ ਹਾਂ ਜਦੋਂ ਤੇਰੇ ਨਾਲ ਗੱਲ ਮੁੱਕ ਗਈ ਅਸੀਂ ਰੱਖਣਾ ਕੱਖ ਨਹੀਂ ਗਏ ਕੀ ਗੱਲ ਆ ਤੈਨੂੰ ਮੈਂ ਦੋਨਾਂ ਨੂੰ ਤੁਹਾਨੂੰ ਠੋਕੜੀਆਂ ਨੇ ਥਾਂ ਲੈ ਠੋਕੜੀਆਂ ਨੇ ਐਡੀ ਤੂੰ ਬੱਤੀ ਬੋਰ ਠੋਕੜੀਆਂ ਸਾਨੂੰ ਜਾ ਕੰਮ ਕਰ ਜਾ ਕੇ ਹਾਂ ਮੈਨੂੰ ਕੰਮ ਕਰ ਕੰਮ ਕਰ ਓ ਭਾਈ ਆ ਜਾ ਇਹਨੂੰ ਸਮਝਾ ਯਾਰ ਜਾ ਬਾਹਰ ਕੰਮ ਕਰ ਕੰਮ ਕਰ ਜਾ ਅਸੀਂ ਨਹੀਂ ਤੇਰੇ ਸ਼ੇਰ ਰੱਖਣੇ ਹਾਂ ਮੈਂ ਤੁਹਾਨੂੰ ਦੋਨਾਂ ਨੂੰ ਸ਼ੇਰਾਂ ਅੱਗੇ ਪਾ ਦੇਣਾ ਕਿੰਨੂੰ ਤੁਹਾਨੂੰ ਦੋਨਾਂ ਨੂੰ ਅਸੀਂ ਤੇਰੇ ਨਾਲ ਤਲਕ ਹੀ ਸਾਡਾ ਕੋਈ ਨਹੀਂ ਤੂੰ ਸ਼ੇਰਾਂ ਅੱਗੇ ਪਾ ਦੇਣਾ ਆਪਣੇ ਆਪ ਨੂੰ ਪਾ ਆਪਣੇ ਆਪ ਨੂੰ ਪਾ ਹੁਣੇ ਕੋ ਫੇ ਬਕਵਾਸ ਕਰਨ ਡਿਆ ਅਸੀਂ ਤੁਹਾਨੂੰ ਪਾਜੀ ਕਿਹਾ ਕੀ ਹੈ ਤੈਨੂੰ ਅਸੀਂ ਯਾਰ ਨਾ ਕੰਮ ਕਰ ਜਾ ਕੇ ਕਰਨ ਵਾਲੀ ਭਰਾਵਾ ਕਰ ਤੂੰ ਕੋਈ ਗੱਲਾਂ ਕਰਨ ਦੇ ਤੂੰ ਆਇ ਤੇ ਕਰ ਸੁਣਿਆ ਬੱਕਰੀ ਤੇ ਸ਼ੇਰ ਤੇ ਦੁਸ਼ਮਣ ਆ ਓਏ ਪਿੱਛੇ ਰੱਖੋ ਪਾਗਲ ਪਾਗਲ ਤੂੰ ਪਾਗਲ ਕੈਨੂੰ ਕਹਿਣ ਦਾ ਪਾਗਲ ਕੈਨੂੰ ਕਹਿਣ ਦਾ